ਦਾ ਪੁਆਇੰਟ ਲਾਸਟ ਤੱਕ ਸਾਨੂੰ ਜਮੈਨ ਬੱਚਾ ਜਦੋਂ ਵੀ ਸਾਡਾ ਉਹਨੂੰ ਬੱਚਾ ਖਤਮ ਹੋ ਗਿਆ ਉਦੋਂ ਕਹਿੰਦਾ ਯਾਰ ਨੌਵੇਂ ਮਹੀਨੇ ਦੀ ਇੱਕ ਕੁਆਰਟਰ ਰਾਊਂਡ ਹੋਈ ਹੈ ਸਾਡੀ ਅਤੇ ਕਹਿੰਦਾ ਯਾਰ ਤੁਸੀਂ ਇਹਨੂੰ ਕਿਤੇ ਲੈ ਜਾਓ ਇਹਦਾ ਪ੍ਰੀਖਣ ਕਰਾ ਲਓ ਬੱਚਾ ਉਹਦਾ ਖਤਰੇ ਜਾ ਮਾਂ ਵੀ ਖਤਰੇ ਜਾ ਜਾਨੀ ਕਿ ਬੱਚਾ ਜਦੋਂ ਜਨਮ ਤੋਂ ਬਾਅਦ ਬੱਚੇ ਦਾ ਕੋਈ ਵੀ ਅੰਗ ਪੈਰ ਕੰਮ ਨਹੀਂ ਕਰਦਾ ਸੀਗਾ ਆਪ ਆਵੇ ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਪਰ ਦੇਖੋ ਸਾਡੇ ਸਾਹਮਣੇ ਇਨਕੁਆਇਰੀ ਕਰਾਓ ਬੋਰਡ ਬਿਠਾ ਕੇ ਜੇ ਕੋਈ ਇਨਕੁਆਇਰੀ ਦੌਰਾਨ ਕੋਈ ਕਿਸੇ ਦੀ ਨਿਗਲੇਸੀ ਸਾਹਮਣੇ ਆਈ ਤਾਂ ਜੀ ਕਾਨੂੰਨ ਅਨੁਸਾਰ ਕਰ ਦਿਓ ਸਰ ਸਾਡੀਆਂ ਪ੍ਰੈਗਨੈਂਸੀ ਤੋਂ ਲੈ ਕੇ ਜਦੋਂ ਤੱਕ ਡਿਲੀਵਰੀ ਤੱਕ ਜਿਹੜੀਆਂ ਵੀ ਰਿਪੋਰਟਾਂ ਇਹਨਾਂ ਜਿੰਦਲ ਰਿਪੋਰਟਾਂ ਹੋਈਆਂ ਜੀ ਠੀਕ ਹੈ ਇਹਨਾਂ ਨੇ ਜਿਹੜੀ ਵੀ ਰਿਪੋਰਟ ਹੋਈ ਹੈ ਕਹਿੰਦੇ ਠੀਕ ਹੈ ਸਾਰੀਆਂ ਰਿਪੋਰਟਾਂ ਸਹੀ ਦੱਸੀ ਗਏ ਜਦੋਂ ਕਿ ਬੱਚੀ ਡਿਲੀਵਰ ਹੋਈ ਆਪਰੇਸ਼ਨ ਨਾਲ ਹੋਈ ਹੈਗੀ ਉਹਦਾ ਕੁਝ ਵੀ ਸਹੀ ਨਹੀਂ ਹੈ ਉਹਦੇ ਕੰਨ 'ਚ ਮੋਰੀ ਨਹੀਂ ਹੈਗੀ ਸਿਰ 'ਚ ਪ੍ਰੋਬਲਮ ਹੈ ਜੋ ਵੀ ਪ੍ਰੋਬਲਮ ਹੈ ਉਹਦੇ ਬੱਚੀ 16 ਦਿਨ ਕਿਸੇ ਤਰ੍ਹਾਂ ਆਕਸੀਜਨ ਨਾਲ ਕੱਟ ਗਈ ਸਾਹ ਪਾਈਪ 'ਚ ਪ੍ਰੋਬਲਮ ਸੀਗੀ ਅਤੇ ਕੱਲ੍ਹ ਸ਼ਾਮੀ ਉਹ ਪੂਰੀ ਹੋ ਗਈ ਸਾਨੂੰ ਇਹਨਾਂ ਨੇ ਕੁਛ ਵੀ ਨਹੀਂ ਦੱਸਿਆ ਵੀ ਤੁਹਾਡੀ ਆਹ ਚੀਜ਼ ਆਹ ਗਲਤ ਹੈਗਾ ਆਹ ਅੰਗ ਨਹੀਂ ਬਣਿਆ ਇਹ ਸਾਰਾ ਕੁਛ ਸਹੀ ਦੱਸੀ ਸਾਡੀ ਬੱਚੀ ਨਾਲੇ ਤਾਂ ਉਹਦੀ ਮਾਂ ਦੀ ਜ਼ਿੰਦਗੀ ਖਤਰੇ ਕੀਤੀ ਨਾਲੇ ਬੱਚੀ ਦੀ ਜ਼ਿੰਦਗੀ ਖਤਰੇ ਕੀਤੀ ਬੱਚੀ ਦਾ ਚਲੋ ਨਹੀਂ ਬੱਚੀ ਹੁਣ ਮਾਂ ਦੀ ਜ਼ਿੰਦਗੀ ਦਾ ਖਤਰੇ ਕੀਤੀ ਇਹਨਾਂ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਹੈ ਜਿਹੜੀ ਬਣਦੀ ਉਹ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਬੰਦ ਕਰਵਾਇਆ ਜਾਵੇ ਸਰ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਕੀ ਮਸਲਾ ਸੀ ਸਰ ਮਸਲਾ ਇਹ ਸੀਗੀ ਜੀ ਮੇਰੀ ਭਰਜਾਈ ਸੀਗੀ ਪ੍ਰੈਗਨੈਂਸੀ ਅਸੀਂ ਜਿੰਦਲ ਅਲਟਰਾਸਾਊਂਡ ਤੋਂ ਅਲਟਰਾਸਾਊਂਡ ਕਰਾਈ ਠੀਕ ਹੈ ਸਾਨੂੰ ਡਾਕਟਰ ਨੇ ਰੈਰੀਥੀਪੀ ਦੀ ਅਲਟਰਾਸਾਊਂਡ ਕਰਾਓ ਅਤੇ ਅਸੀਂ ਅਲਟਰਾਸਾਊਂਡ ਕਰਾਉਣ ਦੇ ਬਾਵਜੂਦ ਕਹਿੰਦੇ ਵੀ ਇਹਦੇ 2D ਲੈਵਲ ਅਲਟਰਾਸਾਊਂਡ ਕਰਾਓ ਅਸੀਂ ਉਹ ਵੀ ਕਰਾ ਲਈ ਜਾਣੀ ਕਿ ਉਹ 2000 ਰੁਪਏ ਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਸਾਨੂੰ ਡਾਕਟਰ ਨੇ ਜਿਹੜੇ ਡਾਕਟਰ ਤੋਂ ਅਸੀਂ ਟ੍ਰੀਟਮੈਂਟ ਕਰਾ ਰਹੇ ਸੀ ਉਹ ਡਾਕਟਰ ਨੂੰ ਕਹਿੰਦਾ ਵੀ ਮਹੀਨੇ ਦੀ ਮਹੀਨੇ 2 ਲੇਬਰ ਵਾਲੀ ਅਲਟਰਾਸਾਊਂਡ ਕਰਾਇਆ ਕਰੋ ਅਸੀਂ ਤੋਂ ਹਰ ਮਹੀਨੇ 2 ਲੇਬਰ ਵਾਲੀ ਅਲਟਰਾਸਾਊਂਡ ਕਰਵਾਇਆ ਕਰੀਏ 2000 ਰੁਪਏ ਦੀ ਠੀਕ ਹੈ ਜੀ ਲਾਸਟ ਤੱਕ ਸਕਸੈਸ ਟੂ ਦਾ ਪੁਆਇੰਟ ਲਾਸਟ ਤੱਕ ਸਾਨੂੰ ਜਮਾ ਐਨ ਬੱਚਾ ਜਦੋਂ ਵੀ ਸਾਡਾ ਹੁਣ ਬੱਚਾ ਖਤਮ ਹੋ ਗਿਆ ਉਦੋਂ ਕਹਿੰਦਾ ਯਾਰ 9ਵੇਂ ਮਹੀਨੇ ਦੀ 1 ਤਰੀਕ ਨੂੰ ਅਲਟਰਾਸਾਊਂਡ ਹੋਈ ਹੈ ਸਾਡੀ ਅਤੇ ਕਹਿੰਦਾ ਯਾਰ ਤੁਸੀਂ ਇਹਨੂੰ ਕਿਤੇ ਲੈ ਜਾਓ ਇਹਦਾ ਆਪਰੇਸ਼ਨ ਕਰਾ ਲਓ ਬੱਚਾ ਤੁਹਾਡਾ ਖਤਰੇ 'ਚ ਮਾਂ ਵੀ ਖਤਰੇ 'ਚ ਜਾਨੀ ਕਿ ਬੱਚਾ ਜਦੋਂ ਜਨਮ ਤੋਂ ਬਾਅਦ ਬੱਚੇ ਦਾ ਕੋਈ ਵੀ ਅੰਗ ਪੈਰ ਕੰਮ ਨਹੀਂ ਕਰਦਾ ਸੀਗਾ ਠੀਕ ਹੈ ਜੀ ਕੋਈ ਬੱਚੇ ਦੀ ਧੜਕਣ ਨਹੀਂ ਸੀਗੀ ਕੁਛ ਨਹੀਂ ਮਾੜੀ ਮੋਟੀ ਧੜਕਣ ਸੀ ਬੱਚੇ ਨੂੰ ਅਸੀਂ ਇੱਥੋਂ ਕਿਸੇ ਹੋਰ ਹਸਪਤਾਲ ਲੈ ਕੇ ਗਏ ਨਿੱਜੀ ਉੱਥੇ ਇਲਾਜ ਕਰਾਇਆ ਇਲਾਜ ਦੌਰਾਨ ਬੱਚਾ ਐਕਸਪਾਇਰ ਹੋ ਗਿਆ ਕਿਉਂਕਿ ਕਾਰਨ 2 ਦਾ ਪੁਆਇੰਟ ਕੀ ਸੀਗਾ ਵੀ ਜਿਹੜੀ ਸਾਡੀ ਰਿਪੋਰਟ ਸੀ ਉਹ ਗਲਤ ਆਈ ਗਈ ਸੀ ਉਸ ਰਿਪੋਰਟ ਮੁਤਾਬਕ ਚੱਲੀ ਗਏ ਡਾਕਟਰ ਵੀ ਉਸ ਰਿਪੋਰਟ ਮੁਤਾਬਕ ਟ੍ਰੀਟਮੈਂਟ ਪਾਈ ਗਿਆ ਹੁਣ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਇਹੋ ਜਿਹੇ ਲੁੱਟ ਦੇ ਕੇਂਦਰ ਅਲਟਰਾਸਾਊਂਡ ਤੋਂ ਠੀਕ ਹੈ ਇਹਨੂੰ ਬੰਦ ਕਰਵਾਇਆ ਜਾਵੇ ਇਹਦੇ ਉੱਪਰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਗਰੀਬ ਹੈ ਅਮੀਰ ਹੈ ਕਿਸੇ ਵਿਅਕਤੀ ਨਾਲ ਇਹੋ ਜਿਹੀ ਘਟਨਾ ਨਾ ਵਾਪਰੇ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ ਸੰਪਰਕ ਕਰੋ 97817 71820